ਸੈਂਤਵੀਂ ਕਹਾਣੀ, ਯਿਸੂ ਲਾਜ਼ਰੇ ਜੋ ਮਰਿਆਂ ਤੇ ਜਿੰਦਾ ਕਰਦਾ ਹੈ। ਲਾਜ਼ਰ ਨਾਂ ਦਾ ਇੱਕ ਮਾਣੂ ਥਾ, ਜਿਸ ਦੀਆਂ ਦੋ ਬਹਿਣੀ ਥੀਆਂ, ਜਿਨ੍ਹਾਂ ਦਾ ਨਾਂ ਮਰਿਯਮ ਕਨੇ ਮਾਰਥਾ ਥਾ। ਸਹਿ ਸਾਰੇ ਈਸਵੇ ਦੇ ਪੱਕੇ ਮਿੱਤਰ ਥੇ। ਇੱਕ ਦਿਨ ਉਨਕੀ ਈਸਵੇ ਜੋ ਦੱਸਿਆ ਕਿ ਲਾਜ਼ਰ ਬੜਾ ਬਿਮਾਰ ਥਾ। ਜਲ ਈਸਮੇ ਇਹ ਸੁਣਿਆ ਤਾਂ ਤਿੰਨੀ ਗਲਾਇਆ, ਇਹ ਬਿਮਾਰੀ ਲਾਜ਼ਰੇ ਦੇ ਮਰਨੇ ਸੋਗੀ ਖਤਮ ਨਹੀਂ ਹੋਊਗੀ। ਇਸ ਦੇ ਬਜਾਏ ਇਹ ਲੋਕਾਂ ਜੋ ਪਰਮਾਤਮੇ ਦਾ ਆਦਰ ਕਰਨੇ ਤਾਈਂ ਪ੍ਰੇਰਿਤ ਕਰਗੀ। ਈਸੂ ਆਪਣੇ ਮਿੱਤਰਾਂ ਨੇ ਪਿਆਰ ਕਰਦਾ ਥਾ, ਅਪਰ ਜਲੂ ਸਹਿ ਥਾ ਉੱਥੋਂ ਤਿੰਨੀ ਦੋ ਦਿਨਾਂ ਤਿਕਰ ਨਿਹਾਲਦਾ ਰਿਹਾ ਕਿ ਜਿਨ੍ਹਾਂ ਦੋ ਦਿਨਾਂ ਦੇ ਬਾਅਦ ਤਿੰਨੀ ਆਪਣੇ ਚੇਲੇ ਜੋ ਗਲਾਇਆ, ਉਹ ਆ ਵਾਪਸ ਯਹੂਦੀਆ ਜੋ ਚਲਾ। ਚੇਲੇ ਜਵਾਬ ਦਿੱਤਾ, ਅਪਰ ਹੇ ਗੁਰੂ, ਹੁਣ ਕੁਛ ਵਕਤੇ ਪਹਿਲਾਂ ਉੱਥੋਂ ਦੇ ਲੋਕ ਤੀਜੋ ਮਾਰੀ ਦੇਣਾ ਚਾਹੁੰਦੇ ਥੇ। ਇਸਮੇ ਗਲਾਇਆ, ਆਹਾਂ ਦਾ ਮਿੱਤਰ ਲਾਜ਼ਰ ਸੋਈ ਗਿਆ ਹੈ, ਕਨੇ ਮਿੰਜੋ ਤਿਸੀ ਜਗਾਉਣਾ ਹੈ। ਈਸਵੇ ਦੇ ਚੇਲੇ ਜਵਾਬ ਦਿੱਤਾ, ਹੇ ਪ੍ਰਭੂ, ਜੇ ਲਾਜ਼ਰ ਸੁੱਤਿਆ ਹੈ ਤਾਂ ਸਹਿ ਠੀਕ ਹੋਈ ਜਾਂਗਾ। ਤਾਲੂ ਈਸਵੇ ਸਾਫ ਰੂਪੇ ਨੇ ਗਲਾਈ ਦਿੱਤਾ, ਲਾਜ਼ਰ ਮਰੀ ਗਿਆ ਹੈ, ਮੈਂ ਖੁਸ਼ ਹੈ ਕਿ ਮੈਂ ਉੱਥੋਂ ਨਹੀਂ ਥਾ, ਤਾਂ ਕਿ ਤੁਹਾਂ ਮਿੰਜੋ ਪਰ ਵਿਸ਼ਵਾਸ ਕਰੀ ਸਕਣ। ਜਾਲੂ ਈਸੂ ਲਾਜ਼ਰੇ ਦੇ ਗਰਾਏ ਪੁੱਜਾ ਤਾਂ ਲਾਜ਼ਰੇ ਜੋ ਮਰਿਓ ਪਹਿਲੇ ਤੇ ਹੀ ਚਾਰ ਦਿਨ ਹੋਈ ਚੁੱਕੇ ਉੱਥੇ। ਮਾਰਥਾ ਈਸੂਏ ਨੇ ਮਿਲਣੇ ਤਾਈਂ ਬਾਹਰ ਆਈ, ਕਨੇ ਗਲਾਇਆ, ਹੇ ਪ੍ਰਭੂ, ਅਗਰ ਤੂੰ ਇੱਥੋਂ ਹੁੰਦਾ ਤਾਂ ਮੇਰਾ ਭਾਉ ਨਹੀਂ ਮਰਦਾ, ਅਪਰ ਮੈਂ ਵਿਸ਼ਵਾਸ ਕਰਦੀ ਹੈ ਕਿ ਜਿਹੜਾ ਕੁਛ ਵੀ ਤੂੰ ਪਰਮਾਤਮੇ ਤੇ ਮੰਗੇ ਸਹਿ ਤੀਜੋ ਦਿੰਗਾ। ਈਸਵੇ ਜਵਾਬ ਦਿੱਤਾ, ਪੁਨਰਥਾਨ ਕਨੇ ਜ਼ਿੰਦਗੀ ਮੈਂ ਹੀ ਹੈ, ਜਿਹੜਾ ਕੋਈ ਮਿੰਜੋ ਪਰ ਵਿਸ਼ਵਾਸ ਕਰਦਾ ਹੈ ਅਗਰ ਸਹਿ ਮਰੀ ਵੀ ਜਾਏ ਤਾਂ ਵੀ ਜਿੰਦਾ ਹੋਊਗਾ। ਜਿਹੜਾ ਕੋਈ ਮਿੰਜੋ ਪਰ ਵਿਸ਼ਵਾਸ ਕਰਦਾ ਹੈ ਸਹਿ ਕਦੀ ਨਹੀਂ ਮਰਗਾ। ਕਿਆ ਤੂੰ ਇਸ ਪਰ ਵਿਸ਼ਵਾਸ ਕਰਦੀ ਹੈ? ਮਾਰਥਾ ਜਵਾਬ ਦਿੱਤਾ, ਹੇ ਪ੍ਰਭੂ, ਮੈਂ ਵਿਸ਼ਵਾਸ ਕਰਦੀ ਹੈ ਕਿ ਤੂੰ ਪਰਮਾਤਮੇ ਦਾ ਪੁੱਤਰ ਮਸੀਹ ਹੈ। ਤਾਲੂ ਮਰਿਯਮ ਆਈ, ਤਿੰਨੇ ਈਸਵੇ ਦੇ ਪੈਰਾਂ 'ਚ ਪੇਈ ਕਰੀ ਗਲਾਇਆ, ਹੇ ਪ੍ਰਭੂ, ਜੇ ਤੂੰ ਇੱਥੋਂ ਹੁੰਦਾ ਤਾਂ ਮੇਰਾ ਭਾਉ ਨਹੀਂ ਮਰਦਾ। ਈਸਵੇ ਤਿੰਨਾਂ ਤੇ ਪੁੱਛਿਆ, ਤੁਹਾਂ ਲਾਜ਼ਰੇ ਜੋ ਕੁੱਥੋਂ ਰੱਖਿਆ ਹੈ? ਤਿੰਨਾਂ ਤੁਸੀਂ ਦੱਸਿਆ, ਕਬਰਾਂ 'ਚ ਆ ਕਨੇ ਦਿਖੀ ਲੈ। ਤਾਲੂ ਈਸੂ ਰੋਣਾ ਲੱਗਾ। ਸਹਿ ਕਬਰ ਇੱਕ ਗੁਫਾ ਥੀ, ਜਿਸ ਦੇ ਜ਼ਰੀਏ ਇੱਕ ਪੱਥਰੇ ਜੋ ਸਰਕਾਇਆ ਗਿਆ ਥਾ। ਜਾਲੂ ਈਸੂ ਕਬਰਾਂ ਪਰ ਪੁੱਜਿਆ ਤਾਂ ਤਿੰਨੀ ਤਿੰਨਾਂ ਜੋ ਗਲਾਇਆ, ਪੱਥਰੇ ਜੋ ਖਸਕਾਈ ਦਿਆ। ਅਪਰ ਮਾਰਥਾ ਗਲਾਇਆ, ਤੁਸੀਂ ਉਹ ਮਰਿਓ, ਚਾਰ ਦਿਨ ਹੋਈ ਚੁੱਕਿਓ ਹਨ, ਤਿਸ 'ਚ ਬਦਬੂ ਆਉਂਦੀ ਹੋਊਗੀ। ਈਸਮੇ ਜਵਾਬ ਦਿੱਤਾ, ਕਿਆ ਮੈਂ ਤੁਹਾਨੇ ਨਹੀਂ ਗਲਾਇਆ ਥਾ ਕਿ ਅਗਰ ਤੁਹਾਂ ਮਿੰਜੋ ਪਰ ਵਿਸ਼ਵਾਸ ਕਰਨ ਤਾਂ ਪਰਮਾਤਮੇ ਦੀ ਸਮਰਥੀ ਜੋ ਦਿਖ ਗਏ। ਇਸ ਤਾਈਂ ਤਿੰਨਾਂ ਪੱਥਰੇ ਜੋ ਖਸਕਾਈ ਦਿੱਤਾ। ਤਾਲੂ ਈਸਮੇ ਉੱਪਰ ਸਵਰਗੇ ਦੇ ਪਾਸੇ ਦਿੱਖੀ ਕਰੀ ਗਲਾਇਆ, ਹੇ ਪਿਤਾ, ਮੇਰੀ ਇਹ ਬੇਨਤੀ ਹੈ ਸੁਣਨੇ ਤਾਈਂ ਮੈਂ ਤੇਰਾ ਧੰਨਵਾਦ ਕਰਦਾ ਹੈ। ਮੈਂ ਜਾਣਦਾ ਹੈ ਕਿ ਤੂੰ ਸਦਾ ਮੇਰੀ ਸੁਣਦਾ ਹੈ, ਅਪਰ ਮੈਂ ਇਹ ਇੱਥੋਂ ਹੀ ਖੁੜਤਿਆ ਹੈ ਇਹਨਾਂ ਸਾਰੇ ਲੋਕਾਂ ਦੀ ਮਦਦ ਕਰਨੇ ਤਾਈਂ ਗਲਾਇਆ, ਤਾਂ ਕਿ ਇਹ ਵਿਸ਼ਵਾਸ ਕਰਨ ਕਿ ਤੈਂ ਮਿੰਜੋ ਗੱਲਿਆ ਹੈ। ਤਾਲੂ ਈਸਮੇ ਆਵਾਜ਼ ਲਗਾਈ, ਹੇ ਲਾਜ਼ਰ, ਬਾਹਰ ਨਿਕਲੀ ਆ। ਕਨੇ ਲਾਜ਼ਰ ਬਾਹਰ ਨਿਕਲੀ ਆਇਆ, ਸਹਿ ਹਾਲੀ ਵੀ ਕਫਨੇ 'ਚ ਲਪਟੋਇਆ ਹੋਇਆ ਥਾ। ਇਸਮੇ ਤਿਸ ਜੋ ਗਲਾਇਆ, ਇਸ ਕਫਨੇ ਜੋ ਨਿਕਾਲਨੇ 'ਚ ਤਿਸ ਦੀ ਮਦਦ ਕਰਾ, ਕਨੇ ਆਜ਼ਾਦ ਕਰਾ। ਇਸ ਚਮਤਕਾਰੇ ਦੀਆ ਵਜ੍ਹਾ ਨੇ ਮਤੇ ਸਾਰਿਆਂ ਯਹੂਦੀ ਲੋਕਾਂ ਈਸਵੇ ਪਰ ਵਿਸ਼ਵਾਸ ਕੀਤਾ। ਅਪਰ ਯਹੂਦੀਆਂ ਦੇ ਧਾਰਮਿਕ ਅਗਵੇ ਈਸਵੇ ਤੇ ਜਲ ਨਾ ਲੱਗੇ। ਇਸ ਤਾਈਂ ਸਹਿ ਯੋਜਨਾ ਬਣਾਉਣੇ ਤਾਈਂ ਇੱਕ ਹੋਈ ਕਰੀ ਕਿੱਠੇ ਹੋਏ।
ਕਿ ਕਿਵੇਂ ਈਸਵੇ ਕਨੇ ਲਾਜ਼ਰੇ ਜੋ ਮਾਰੀ ਦਿੱਤਾ ਜਾਂ।